ਇਕੱਠੇ ਹੋਣ ਤੋਂ ਰੋਕਿਆ। ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ, ਜਿੱਥੇ ਤੁਹਾਨੂੰ ਰੋਕਦੇ ਨੇ ਉੱਥੇ ਟ੍ਰੈਫਿਕ ਜਾਮ ਕਰ ਦਿਓ, ਖਰੀਦ ਨਹੀਂ ਹੋ ਰਹੀ, ਨਾਲੇ ਚੋਰੀ ਨਾਲੇ ਸੀਨਾ ਚੋਰੀ ਹੈ, ਦੋ ਗੱਲਾਂ ਬਰਦਾਸ਼ਤ ਨਹੀਂ ਹੋਣੀਆਂ। ਸਾਰੇ ਪੰਜਾਬ ਦੇ ਕਿਸਾਨਾਂ ਨੂੰ ਸੜਕਾਂ 'ਤੇ ਆਉਣ ਲਈ ਕਹਿਣਾ ਪਏਗਾ ਸਾਨੂੰ। ਕੀ ਨਾਮ? ਗੁਰਦੇਵ ਸਿੰਘ। ਵਾਰਸਵਾਲਾ ਦੀ ਅਗਵਾਈ ਦੇ ਵਿੱਚ ਜਾ ਰਿਹਾ ਸੀ ਚੰਡੀਗੜ੍ਹ, ਇਕੱਠੇ ਹੋਣਾ ਸੀ ਪੰਜਾਬ ਭਵਨ ਦੇ ਵਿੱਚ, ਕਿ ਪਿਛਲੇ 18 ਦਿਨਾਂ ਤੋਂ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਖਰੀਦ ਨਹੀਂ ਹੋ ਰਹੀ। ਬਟਾਲਾ ਮੰਡੀ ਦੇ ਵਿੱਚ ਪਤਾ ਇਹ ਲੱਗਿਆ ਕਿ ਉੱਥੇ 300 ਰੁਪਈਆ 400 ਰੁਪਈਆ ਘੱਟ ਰੇਟ 'ਤੇ ਝੋਨਾ ਖਰੀਦਿਆ ਜਾ ਰਿਹਾ। ਉਹਨੂੰ ਰੋਕਣ ਲਈ, ਕਿਸਾਨਾਂ ਦੀ ਖਰੀਦ ਸਹੀ ਰੇਟ 'ਤੇ ਕਰਾਉਣ ਲਈ, ਕਿਸਾਨਾਂ ਦੀ ਖਰੀਦ ਕਰਾਉਣ ਲਈ ਸਾਨੂੰ ਇੱਕ ਘੜੂਆ ਟੋਲ ਪਲਾਜ਼ੇ ਦੇ ਕੋਲ ਰੋਕ ਲਿਆ ਗਿਆ ਕਿ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਸੀਐਮ ਦੇ ਘਰ ਅੱਗੇ ਧਰਨਾ ਨਹੀਂ ਲਾਉਣ ਦਿੱਤਾ ਜਾਣਾ, ਜਾਣ ਨਹੀਂ ਦੇਣਾ ਉੱਥੇ ਤੱਕ। ਸੋ ਸਾਡੇ ਕਾਫਲੇ ਸਾਰੇ ਪਾਸਿਓ 32 ਜਥੇਬੰਦੀਆਂ ਦੇ, ਸ਼ੈਲਰ ਮਾਲਕਾਂ ਦੇ, ਕਿਸਾਨ ਮਜ਼ਦੂਰ ਜਥੇਬੰਦੀਆਂ ਦੇ, ਆੜ੍ਹਤੀ ਐਸੋਸੀਏਸ਼ਨਾਂ ਦੇ, ਵਪਾਰ ਮੰਡਲ ਵਾਲਿਆਂ ਦੇ ਜਿਹੜੇ ਤੁਰੇ ਹੋਏ ਸੀ, ਉਹ ਸਾਰੇ ਕਾਫਲੇ ਜਿਹੜੇ ਪਾਸੇ ਰੋਕਾਂ ਲਾ ਦਿੱਤੀਆਂ ਗਈਆਂ ਨੇ। ਸੋ ਅਸੀਂ ਜਿਹੜਾ ਹੁਣ ਘੜੂਆ ਟੋਲ ਪਲਾਜ਼ੇ ਤੋਂ ਥੋੜ੍ਹਾ ਜਿਹਾ ਪਿੱਛੇ ਸੜਕ ਦੇ ਉੱਤੇ ਧਰਨਾ ਲਾ ਦਿੱਤਾ ਕਿ ਜਾਂ ਸਾਨੂੰ ਅੱਗੇ ਜਾਣ ਦਿਓ, ਜਿਸ 'ਤੇ ਅਸੀਂ ਇਸ ਸੜਕ ਦੇ ਉੱਤੇ ਬੈਠੇ ਹਾਂ। ਸੋ ਕਾਰਨ ਇਹ ਤੁਹਾਨੂੰ ਪਤਾ ਸਾਰੇ ਵੀਰਾਂ ਨੂੰ ਕਿ ਮੰਡੀਆਂ ਦੇ ਵਿੱਚ 20 ਦਿਨ ਤੋਂ ਕਿਸਾਨ ਜਿਹੜੇ ਰੁਲ ਰਹੇ ਨੇ, 26 ਝੋਨਾ ਪਹਿਲਾਂ ਪੱਕ ਕੇ ਆ ਜਾਂਦਾ, ਉਹ ਜਿਹੜਾ ਪਿਛਲੇ ਮਹੀਨੇ ਦੀ 28-29 ਤਰੀਕ ਨੂੰ ਹੀ ਆ ਗਿਆ ਸੀ, ਤਾਂ ਉਹਨਾਂ 20-20 ਦਿਨ ਹੋ ਗਏ ਕਿਸਾਨਾਂ ਨੂੰ ਬੈਠਿਆਂ ਨੂੰ। ਹੁਣ ਕੋਈ ਕਹਿੰਦਾ ਅਸੀਂ 26 ਨਹੀਂ ਖਰੀਦਣਾ, ਕੋਈ ਕਹਿੰਦਾ ਹਾਈਬ੍ਰਿਡ ਏ, ਕੋਈ ਕਹਿੰਦਾ ਜੇ ਨਵੀਂ ਜ਼ਿਆਦੀ, ਜਦੋਂ ਕਿ ਨਵੀਂ ਚੈੱਕ ਕੀਤੀ ਤਾਂ 13-13 14-14 ਪੁਆਇੰਟ ਰਹਿ ਗਈ ਏ। ਬਹੁਤ ਸਾਰੇ ਕਿਸਾਨ ਝੋਨਾ ਵੱਢਣ ਵਾਲੇ ਖੜ੍ਹੇ ਹੋਏ ਨੇ, ਉਹ ਇਸ ਕਰਕੇ ਰੋਕੀ ਬੈਠੇ ਨੇ ਕਿ ਅੱਗੇ ਮੰਡੀ ਚੱਲੇ ਅਤੇ ਅਸੀਂ ਝੋਨਾ ਵੱਢ ਕੇ ਮੰਡੀਆਂ 'ਚ ਲਿਜਾਈਏ, ਜਿਹੜਾ ਸੁੱਕ ਕੇ ਥੱਲੇ ਵੜਦਾ ਜਾ ਰਿਹਾ। ਸੋ ਹੁਣ ਕਿਸਾਨ ਵੀਰੋ, ਨਾ ਧਰਨਾ ਲਾਉਣ ਦਿੱਤਾ ਜਾਂਦਾ, ਨਾ ਸਾਡੀ ਕਣਕ ਝੋਨਾ ਖਰੀਦਿਆ ਜਾਂਦਾ, ਹੁਣ ਸਾਡੀ ਮਜਬੂਰੀ ਕਿ ਅਸੀਂ ਸੜਕਾਂ 'ਤੇ ਬੈਠੇ ਹਾਂ।